ਬਿਨਾਂ ਕੰਮ ਤੋਂ ਆ ਕੇ ਉਹਨੇ ਮਤਲਬ ਮਾਰਨਾ ਕੁੱਟਣਾ ਸ਼ੁਰੂ ਕਰਤਾ ਜੀ। ਅੱਛਾ ਚੋਰ ਵੱਲੋਂ ਮਾਰਿਆ ਗਿਆ? ਹਾਂਜੀ ਹਾਂਜੀ। ਕੀ ਨਾਮ ਕੀ ਉਹਨਾਂ ਦਾ? ਸਰਬਜੀਤ ਸਿੰਘ ਦਾ ਨਾਮ। ਅਤੇ ਕਿੱਥੇ ਤੈਨਾਤ ਕਿੱਥੇ ਨੇ ਉਹ? ਇਹ ਨੋੜੀ ਗਾਮ ਸਿੰਘ ਠਾਣੇ ਲੱਗਿਆ ਜੀ। ਅਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰ ਕੁੱਟ ਰਹੇ ਨੇ? ਨਹੀਂ ਦੱਸਿਆ ਜੀ। ਮੈਂ ਜਦੋਂ 8 ਨੂੰ ਡਾਂਗ ਮਾਰ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਸੇ ਜਿਹੜਾ ਤੁਸੀਂ ਡਾਂਗ ਮਾਰਿਓ? ਕਹਿੰਦੇ ਦਬਲੋ ਜੀ ਇਹਨੂੰ। ਦੋ ਗੰਢ ਮਾਰ ਕੇ ਪਿੱਛੇ ਮੁੰਡੇ 'ਚ ਭੱਟਾ ਮਾਰ ਕੇ ਫੜ ਲਿਆ ਦਬਲਿਆ ਨੇ। ਡਰਾਈਵਰ ਨੇ, ਇੱਕ ਡਰਾਈਵਰ ਹੀ ਉਹ ਮੈਨੂੰ ਪਿੱਛੇ ਲੱਕ ਤੋਂ ਫੜ ਕੇ ਥੱਲੇ ਸੱਟ ਲਿਆ ਜੀ। ਵੱਡੇ ਅਫਸਰਾਂ ਤੋਂ ਕੰਪਲੇਂਟ ਕੀਤੀ ਹੈ? ਹਾਂਜੀ ਕੀਤੀ ਹੈ ਜੀ। ਕੀ ਕਹਿਣਾ ਉਹਨਾਂ ਦਾ? ਉਹ ਕਹਿੰਦੇ ਕੋਈ ਨਹੀਂ ਤੁਹਾਡੇ ਕਾਰਵਾਈ ਇਹਦੇ ਕਰਨੇ ਆ ਜੀ। ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਸਰ MRI ਹੁਣ ਸਵੇਰੇ ਮਿਲਣੀ ਹੈ ਜੀ, ਇੱਦਾਂ ਨਹੀਂ ਮਿਲਣੀ ਜੀ। ਅਤੇ ਇਹਦਾ ਸਿਰ ਇਹ ਮਤਲਬ ਜੋ ਅਫਸਰ ਕਾਰਵਾਈ ਕਰਨਗੇ ਸੀਨੀਅਰ ਅਫਸਰ ਜੀ। ਜੀ ਮੈਮ, ਕੀ ਨਾਮ ਆ ਆਪਣਾ ਔਰ ਕੀ ਗੱਲਬਾਤ ਹੋਈ? ਸਰ ਸੁਨੀਤਾ ਕੁਮਾਰੀ, ਵਾਈਫ ਆਫ ਅਰਜਨ ਸਿੰਘ। ਸਰ ਸਵੇਰੇ ਡਿਊਟੀ ਤੋਂ ਆਏ ਹੈ 8 ਵਜੇ, ਔਰ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੋਈਆਂ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਇਸ ਤਰ੍ਹਾਂ ਗੱਲ ਹੋ ਗਈ ਹੈ ਰਾਤ ਨੂੰ। ਫਿਰ ਇਹਨਾਂ ਨੂੰ ਲੈ ਕੇ ਆਏ, ਕਹਿੰਦੇ ਕਿ SP ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਓ। ਕਹਿੰਦੇ ਮੈਂ ਕਹਿੰਦੇ ਸਰ ਨਾਲ ਗੱਲ ਕੀਤੀ ਹੈ? ਕਹਿੰਦੇ ਹਾਂਜੀ, ਸਰ ਨਾਲ ਮੇਰੀ ਗੱਲ ਹੋਈ ਹੈ, 4:30 ਸਵੇਰੇ ਗੱਲ ਹੋ ਗਈ ਹੈ ਮੇਰੀ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਅਤੇ ਸਾਨੂੰ ਅਸੀਂ ਬੰਦੇ ਕਾਰਵਾਈ ਦੇ ਉੱਤੇ ਕਰਨੇ ਆ। ਸਰ ਅਸੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਏ ਹਾਂ, 8 ਵਜੇ ਤੋਂ ਬਾਅਦ ਐਡਮਿਟ ਹੋ ਗਏ ਹਾਂ। ਉਸ ਤੋਂ ਬਾਅਦ ਇੰਸਪੈਕਟਰ ਸਰ ਆਏ ਆ, ਦੋ ਹੋਰ ਵੀ ਮੁਲਾਜ਼ਮ ਸੀਗੇ ਨਾਲ, ਪਰ ਕੋਈ ਵੀ ਸਾਨੂੰ ਅੱਛਾ ਰਿਸਪੋਂਸ ਨਹੀਂ ਮਿਲਿਆ। ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਅਸੀਂ ਮਤਲਬ ਆਪਣੇ ਦੇਖਿਆ, ਮਤਲਬ 3:30 ਵਜੇ ਤੱਕ ਦੇਖਿਆ ਅਸੀਂ ਕਿ ਚਲੋ ਕੋਈ ਆਪਣਾ ਆਉਂਦੇ। ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਐਪਲੀਕੇਸ਼ਨ, ਉਹ ਕਹਿੰਦੇ ਕਿ ਤੁਸੀਂ ਐਪਲੀਕੇਸ਼ਨ ਥਾਣੇ 'ਚ ਦੇ ਦਿਉ। ਅਸੀਂ ਕਿਹਾ ਕਿ ਅਸੀਂ ਥਾਣੇ 'ਚ ਐਪਲੀਕੇਸ਼ਨ ਨਹੀਂ ਦੇਣੀ, ਅਸੀਂ ਸਰ ਨੂੰ ਸਿੱਧੇ ਮਿਲਾਂਗੇ। ਸਰ ਇਹਨਾਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ, ਔਰ ਮੈਂ ਔਰ ਬੇਟਾ ਮੇਰਾ SP ਸਰ ਕੋਲ ਗਏ। ਸਰ SP ਸਰ ਤਾਂ ਕਿਤੇ ਬਾਹਰ ਗਏ ਹੋਏ, ਲੇਕਿਨ ਅਸੀਂ ਉਹਨਾਂ ਨੂੰ ਫੋਨ ਕਰ ਐਪਲੀਕੇਸ਼ਨ ਕਿਹਨੂੰ ਦਿੱਤੀ ਹੈਗੀ? ਸਰ DSP ਸਰ। ਕੌਣ ਹੈਗੇ, ਕੀ ਨਾਮ ਹੈ? ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ। ਕਾਰਵਾਈ ਹੋਈ ਕੋਈ? ਹਾਂਜੀ ਸਰ, ਸਰ ਉਹ ਆਏ ਆ, ਆਪਣੀ ਕਾਰਵਾਈ ਬੰਦੀ ਕੀਤੀ ਹੈ। ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਉਹ SP ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਪਰੇਟ ਕੀਤਾ ਸਾਡੇ ਨਾਲ, ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ। ਜਿਹੜੇ SHO ਨੇ ਕੁੱਟਿਆ ਹੈਗਾ ਉਹਨਾਂ ਦੀ ਕਾਰਵਾਈ ਹੋਈ? ਨਹੀਂ ਅਜੇ ਸਰ ਕੁਛ ਨਹੀਂ ਹੋਇਆ। ਹਾਂ, ਇੰਨਾ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ, ਉਹਨਾਂ ਨੂੰ ਬੁਲਾਇਆ ਹੈੱਡਕੁਆਟਰ ਆਪਣੇ। ਫਿਰ ਅਸੀਂ ਮਤਲਬ ਸਰ ਨਾਲ ਹੀ ਇਹਨਾਂ ਕੋਲ ਆ ਗਏ ਹਾਂ ਹੋਸਪਿਟਲ, ਅਤੇ ਉਹਨਾਂ ਨਾਲ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਏ। ਅੱਛਾ, ਮਤਲਬ ਸਰ ਸਾਨੂੰ ਇਨਸਾਫ ਚਾਹੀਦਾ। ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀ, ਉਹਨਾਂ ਨੇ ਕਮ ਸੇ ਕਮ ਇਹਨਾਂ ਨੂੰ 100 ਡਾਂਗ ਭਰਾਈ ਹੈ। ਸਰਬਜੀਤ ਸਰ, SHO ਸਰਬਜੀਤ ਸਿੰਘ। ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮ ਹੈ, ਉਹਨਾਂ ਨਾਲ ਮਤਲਬ ਗਨਮੈਨ ਹੈ ਉਹਨਾਂ ਦੇ, ਇੱਕ ਡਰਾਈਵਰ। ਔਰ ਕਿੱਥੇ ਡਿਊਟੀ ਉਹਨਾਂ ਦੀ? ਪੋਲੀਆਂ ਸਰ, ਉਹਨਾਂ ਦੇ ਨੋਟ ਜਮਨ ਸਿੰਘ ਜਿਹੜੇ ਗਨਮੈਨ ਨਾਲ ਰਹੇ ਗਏ ਸੀ ਉਹਨਾਂ ਦੇ ਵੀ ਨਾਮ? ਸਰ ਮੈਨੂੰ ਨਾਮ ਨਹੀਂ ਪਤਾ, ਨਾਮ ਇਹਨਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਪਹਿਲੀ ਵਾਰੀ SHO ਸਰ ਨਾਲ ਮਿਲਿਆ, ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਹਲੇ 15 ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਇਹਨਾਂ ਨੇ। ਇਹ ਮੇਰੀ ਨੋਟਿਸ ਚਾਹੀਏ ਗੱਲ, ਮੈਂ ਇਸਦੇ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ, ਅਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ, ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ, ਔਰ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ। ਜੇਕਰ ਕੋਈ ਗੱਲਬਾਤ ਸੀ, ਜੇਕਰ ਭਾਵੇਂ ਡਿਊਟੀ 'ਤੇ ਸੁੱਤਾ ਪਾਇਆ ਗਿਆ ਸੀ, ਤਾਂ SHO ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਇਹ ਡਿਸਿਪਲਿਨ ਫੋਰਸ ਦਾ ਮੈਂਬਰ, ਉਹਦੇ ਖਿਲਾਫ ਲਿਖਤ ਦੇਣਾ ਚਾਹੀਦਾ ਸੀ। ਸੋ ਜਿਹੜੀ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ, ਉਹਦੇ ਸੰਬੰਧ ਵਿੱਚ ਜਿਹੜਾ SHO ਅਤੇ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹੱਲ ਕਰ ਦਿੱਤਾ, ਅਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜਾਰੀ ਹੈ।